ਸਿਆਲਕੋਟ ਇਲਾਕਾ ਮੁਹੰਮਦ ਅਮੀਨ ਖਾਨ ਨਾਂ ਆਇਆ ਉਹਨੇ ਤੂਫਾਨ ਖੜਾ ਕਰਤਾ ਸਿੱਖਾਂ ਵਾਸਤੇ ਬਾਬਾ ਦੀਪ ਸਿੰਘ ਜੀ ਨੇ ਹੋਰ ਮਿਸਲਾਂ ਨੂੰ ਲੈ ਕੇ ਡੇਰਾ ਬਾਬਾ ਨਾਨਕ ਇਕੱਠ ਕੀਤਾ ਵੀ ਕਿਵੇਂ ਕਰੀਏ ਇਹ ਚੁਣ ਚੁਣ ਕੇ ਸਿੱਖ ਮਾਰ ਰਿਹਾ ਸਾਰਾ ਇਕੱਠ ਕਰਕੇ ਤੇ ਸਾਧ ਸੰਗਤ ਸਿਆਲਕੋਟ ਤੇ ਹਮਲਾ ਕੀਤਾ ਮੁਹੰਮਦ ਅਮੀਨ ਖਾਂ ਮੈਦਾਨ ਛੱਡ ਕੇ ਭੱਜਿਆ ਸਿੱਖਾਂ ਫਿਰ ਕਾਬੂ ਕੀਤਾ ਇਹਨੂੰ ਜਿਵੇਂ ਇਹਨੇ ਸਿੱਖਾਂ ਨੂੰ ਮਾਰਿਆ ਸੀ ਉਸੇ ਤਰ੍ਹਾਂ ਇਹਦੇ ਨਾਲ ਕੀਤੀ ਗਈ ਹੁਣ ਇੱਥੇ ਵੇਖਿਓ ਮੈਨੂੰ ਬੜੀ ਇਹ ਚੀਜ਼ ਮਿਲੀ ਸਾਰਿਆਂ ਨੇ ਸਲਾਹ ਕੀਤੀ ਹੁਣ ਸਿਆਲਕੋਟ ਦਾ ਪ੍ਰਬੰਧ ਕੌਣ ਸੰਭਾਲੇ ਤੇ ਸਾਰੇ ਕਹਿੰਦੇ ਵੀ ਬਾਬਾ ਦੀਪ ਸਿੰਘ ਤੋਂ ਵਧੀਆ ਕੋਈ ਨਹੀਂ ਹਾ ਬਾਬਾ ਦੀਪ ਸਿੰਘ ਜੀ ਕਹਿੰਦੇ ਅਸੀਂ ਅਹੁਦਾ ਨਹੀਂ ਲੈਣਾ ਅਸੀਂ ਇਹ ਪੱਖ ਵਿੱਚ ਨਹੀਂ ਜੀਵਨ ਲਿਆਉਣਾ ਕੀ ਕੀਤਾ ਬਾਬਾ ਦੀਪ ਸਿੰਘ ਜੀ ਨੇ ਸਾਧ ਸੰਗਤ ਜੀ ਉਹ ਸਿਆਲਕੋਟ ਦਾ ਜਿਹੜਾ ਸਾਰਾ ਪ੍ਰਬੰਧ ਨੱਥਾ ਸਿੰਘ ਦਿਆਲ ਸਿੰਘ ਨੂੰ ਸੌਂਪਿਆ ਤੁਸੀਂ ਇੱਥੋਂ ਦਾ ਸਾਰਾ ਚਲਾਓ ਇਹਦੇ ਕੌਣ ਛੱਡਦਾ ਨਹੀਂ ਕਹਿੰਦੇ ਸ਼ਹੀਦੀਆਂ ਚੱਲਦੀਆਂ ਰਹੀਆਂ ਨੱਥਾ ਸਿੰਘ ਦਿਆਲ ਸਿੰਘ ਕੁਝ ਸਮਾਂ ਪਾ ਕੇ ਉਹਨਾਂ ਦੀ ਵੀ ਸ਼ਹੀਦੀ ਹੋਈ ਤੇ ਉਹਨਾਂ ਦੇ ਜਾਨਸ਼ੀਨ ਕਰਮ ਸਿੰਘ ਗੁਲਾਬ ਸਿੰਘ ਪ੍ਰਬੰਧ ਉਹਨਾਂ ਕੋਲ ਆ ਗਿਆ ਉਹ ਪ੍ਰਬੰਧ ਗਲਤ ਕਰਨ ਲੱਗ ਪਏ ਬਾਬਾ ਦੀਪ ਸਿੰਘ ਜੀ ਫਿਰ 200 ਸੂਰਮਾ ਨਾਲ ਲੈ ਕੇ ਉਹਨਾਂ ਨੂੰ ਉੱਥੋਂ ਹਟਾਇਆ ਕੈਸੇ ਵੇਖੋ ਸਾਡੇ ਬਾਬਾ ਜੀ ਹੁਣ ਫਿਰ ਪ੍ਰਬੰਧ ਲਿਆ ਆਪਣੇ ਹੱਥਾਂ ਹੁਣ ਸਾਰੇ ਕਹਿਣ ਲੱਗੇ ਵੀ ਹੁਣ ਬਾਬਾ ਦੀਪ ਸਿੰਘ ਜੀ ਇਹ ਸਾਰਾ ਸਿਆਲਕੋਟ ਦਾ ਪ੍ਰਬੰਧ ਤੁਸੀਂ ਸੰਭਾਲੋ ਤੁਸੀਂ ਕਰੋ ਇੱਥੇ ਆ ਕੇ ਸਿਰ ਝੁਕਦਾ ਬਾਬਾ ਦੀਪ ਸਿੰਘ ਜੀ ਨੇ ਪਹਿਲੀ ਵਾਰੀ ਲਿਖਿਆ ਇਤਿਹਾਸਕਾਰਾਂ ਨੇ ਪਹਿਲੀ ਵਾਰੀ ਇਹ ਨਵਾਂ ਕੰਮ ਹੋਇਆ ਕਿ ਬਾਬਾ ਦੀਪ ਸਿੰਘ ਕਹਿੰਦੇ ਇਹ ਸਾਰੀ ਸਿਆਲਕੋਟ ਦੀ ਜਿਹੜੀ ਜਗੀਰ ਇਹ ਗੁਰਦੁਆਰਾ ਬੇਰ ਸਾਹਿਬ ਦੇ ਨਾਂ ਲੱਗੇਗੀ ਆਖੋ ਸਤਨਾਮ ਸਾਡੇ ਨਾਂ ਨੇ ਜਿੰਨੀ ਸਿਆਲਕੋਟ ਦੀ ਜਗੀਰ ਇਹਦੀ ਸਾਰੀ ਜਗੀਰ ਗੁਰਦੁਆਰਾ ਬੇਰ ਸਾਹਿਬ ਦੇ ਨਾਂ ਤੇ ਇਹਦੀ ਜਿੰਨੀ ਆਮਦਨ ਹੋਏਗੀ ਕੋਈ ਵਿਅਕਤੀ ਨਹੀਂ ਲਏਗਾ ਇਹਦੀ ਆਮਦਨ ਦੇ ਨਾਲ ਗੁਰਦੁਆਰਾ ਬੇਰ ਸਾਹਿਬ 24 ਘੰਟੇ ਹਰ ਆਏ ਗਏ ਵਾਸਤੇ ਗੁਰੂ ਕਾ ਲੰਗਰ ਚੱਲੇਗਾ ਦੇਖੋ ਇਹਨੂੰ ਕੀ ਕਹੋਗੇ ਕੈਸੇ ਸਾਡੇ ਬਾਬਾ ਜੀ ਅੱਜ ਕਿਉਂ ਜੈ ਜੈਕਾਰ ਹੈ ਅਹੁਦਾ ਛੱਡਦਾ ਕੋਈ ਮਾਇਆ ਛੱਡਦਾ ਕੋਈ ਬਾਬਾ ਦੀਪ ਸਿੰਘ ਜੀ ਕਹਿੰਦੇ ਇੱਥੋਂ ਦੀ ਆਮਦਨ ਅਸੀਂ ਨਹੀਂ ਮਾਇਆ ਚ ਨਹੀਂ ਲਿਬੜਨਾ ਆਖੋ ਸਤਨਾਮ ਅਜੇ ਤੁਸੀਂ ਬਾਬਾ ਜੀ ਦੀਆਂ ਧੀਆਂ ਜੇ ਤੇ ਪੂਰਨੇ ਲੈਣ ਜੇ ਬਾਬਾ ਜੀ ਦੇ ਸਪੁੱਤਰ ਬੈਠੇ ਜੇ ਬਾਬਾ ਦੀਪ ਸਿੰਘ ਨਾਲ ਪਿਆਰ ਕਰਨ ਵਾਲੇ ਬੈਠੇ ਜੇ ਤੇ ਕਦੀ ਇਹ ਕਹਿ ਕੇ ਅੰਮ੍ਰਿਤ ਵੇਲਾ ਨਾ ਛੱਡ ਦੇਣਾ ਰੁਝੇਵਾਂ ਬੜਾ ਕਾਰੋਬਾਰ ਬੜਾ ਇਹ ਕਰਕੇ ਸਤਸੰਗ ਨਾ ਛੱਡ ਦੇਣਾ ਕਾਰੋਬਾਰ ਦਾ ਖਲੇੜਾ ਬੜਾ ਜੇ ਪੱਥਰ ਚ ਕੀੜੇ ਨੂੰ ਰੋਟੀ ਦੇ ਸਕਦਾ ਤੂੰ ਸੰਗਤ ਚ ਆਈ ਜਾ ਤੈਨੂੰ ਵੀ ਰੋਟੀ ਦੇ ਦੇ ਤੈਨੂੰ ਵੀ ਦੇ ਦੇ ਕਾਰੋਬਾਰ ਕਰ ਕਿਰਤ ਕਰ ਤੇਰੇ ਬਾਬਾ ਦੀਪ ਸਿੰਘ ਜੀ ਆ ਰਹੀ ਹੈ ਇਲਾਕੇ ਤੇ ਸਾਰੀ ਆਮਦਨ ਪਰ ਕਹਿੰਦੇ ਇਹਦੀ ਸਾਰੀ ਆਮਦਨ ਗੁਰਦੁਆਰਾ ਬੇਰ ਸਾਹਿਬ ਉੱਥੇ ਸਾਰੇ 24 ਘੰਟੇ ਗੁਰੂ ਕਾ ਲੰਗਰ ਇਹ ਪਹਿਲੀ ਵਾਰੀ ਇਤਿਹਾਸ ਚ ਕੰਮ ਹੋਇਆ ਤੇ ਸਾਰਿਆਂ ਦੇ ਸੀਂਹ ਝੁੱਕ ਗਏ ਬਾਬਾ ਜੀ ਇੰਨੀ ਉਧਾਰਤਾ
ਇੰਨੀ ਉਦਾਰਤਾ, ਇਹ ਪੂਰਨੇ ਨੇ ਸਾਡੇ ਲਈ, ਪੂਰਨੇ।